ਸਰ ਸਭ ਤੋਂ ਪਹਿਲਾਂ ਯੂਕੇ ਦਾ ਕੀ ਸਿਨੈਰੀਓ ਚੱਲ ਰਿਹਾ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਕਿ ਵੀਜ਼ਾ ਸਕਸੈਸ ਰੇਟ ਕਿਸ ਤਰ੍ਹਾਂ ਦਾ ਹੈਗਾ ਇਸ ਟਾਈਮ ਅ ਬਿਲਕੁਲ ਪ੍ਰਵਿੰਦਰ ਜੀ ਵੀਜ਼ਾ ਸ ਜਿਹੜੇ ਹੈਗੇ ਸਪਟੰਬਰ 2024 ਇਨਟੇਕ ਦੇ ਆਣੇ ਸ਼ੁਰੂ ਹੋ ਗਏ ਆ ਜੀ ਸਪਟੰਬਰ 2024 ਇੱਕ ਇਦਾਂ ਦਾ ਇਨਟੇਕ ਹੈ ਵੀ ਜਿਸ ਨੂੰ ਇਦਾਂ ਲੱਗ ਰਿਹਾ ਵੀ ਆਪਾਂ ਨੂੰ ਵੀ ਆਖਰੀ ਇਨਟੇਕ ਹੋ ਸਕਦਾ ਹੈ ਇਹ ਵੀ ਜਿਹੜੇ ਬੱਚੇ ਉੱਥੇ 2024 ਸਤੰਬਰ ਦੇ ਵਿੱਚ ਪਹੁੰਚ ਜਾਣਗੇ ਜਿਨ੍ਹਾਂ ਨੂੰ ਵਰਕ ਪਰਮਿਟ ਦੇ ਰਾਈਟਸ ਹੋਣਗੇ ਕਿਉਂਕਿ ਬਹੁਤ ਜ਼ਿਆਦਾ ਰੂਲਸ ਜਿਹੜੇ ਹੈਗੇ ਆ ਯੂਕੇ ਦੇ ਚੇਂਜ ਹੋ ਰਹੇ ਹੈਗੇ ਆ ਅੱਜ ਸਹੀ ਸਮਾਂ ਆ ਉਹ ਬੱਚੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸੋਚ ਵਿਚਾਰ ਕਰ ਰਹੇ ਸੀ ਹਲੇ ਅਪਲਾਈ ਨਹੀਂ ਕੀਤਾ ਤਾਂ ਅੱਜ ਬਿਲਕੁਲ ਸਹੀ ਸਮਾਂ ਤੁਹਾਡੇ ਕੋਲ ਅਪਲਾਈ ਕਰਨ ਦਾ ਹੈ ਤੇ ਤੁਸੀਂ ਸਤੰਬਰ 2024 ਇਨਟੇਕ ਲਈ ਅਪਲਾਈ ਕਰਨ ਦੇ ਲਈ ਹੀ ਖਾਸ ਇਹ ਸੈਮੀਨਾਰ ਅਸੀਂ ਅ ਅਜੋਜਿਤ ਕੀਤਾ ਹੈਗਾ ਜਿਸ ਦੇ ਵਿੱਚ ਤੁਸੀਂ ਘੱਟ ਬਜਟ ਦੇ ਨਾਲ ਜਾ ਸਕਦੇ ਹੈਗੇ ਉਹ ਬਿਨਾ ਆਇਲਟਸ ਤੋਂ ਜਾ ਸਕਦੇ ਹੋ ਘੱਟ ਨੰਬਰਾਂ ਦੇ ਨਾਲ ਜਾ ਸਕਦੇ ਹੈਗੇ ਹੋ ਤੇ ਬਿਨਾ ਇੰਟਰਵਿਊ ਦਿੱਤੇ ਵੀ ਅੱਜ ਤੁਸੀਂ ਯੂਕੇ ਦਾ ਸਟੂਡੈਂਟ ਵੀਜ਼ਾ ਸਿਰਫ ਤੇ ਸਿਰਫ 11 ਲੱਖ ਰੁਪਏ ਦੇ ਵਿੱਚ ਤੁਸੀਂ ਇਸ ਸੈਮੀਨਾਰ ਦੇ ਵਿੱਚ ਜੇ ਅਪਲਾਈ ਕਰਦੇ ਹੋ ਸਿਰਫ 11 ਲੱਖ ਰੁਪਏ ਦੇ ਵਿੱਚ ਤੁਸੀਂ ਆਪਣਾ ਯੂਕੇ ਦਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਹਮ ਬਿਲਕੁਲ ਜੇਕਰ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਸਕਰੀਨ ਤੇ ਨੰਬਰ ਵੀ ਫਲੈਸ਼ ਹੋ ਰਿਹਾ ਔਰ ਨਾਲ ਦੇ ਨਾਲ ਜਿਹੜਾ ਜਿੱਥੇ-ਥੇ ਐਡਰੈਸ ਵੀ ਨਾਲ ਦੇ ਨਾਲ ਫਲੈਸ਼ ਹੋ ਰਿਹਾ ਜਿੱਥੇ ਸੈਮੀਨਾਰ ਆਰਗੇਨ ਕੀਤਾ ਜਾ ਰਿਹਾ ਹੈ ਗਲੋਬਲ ਵੀਜ਼ਾ ਹੈਲਪਲਾਈਨ ਵੱਲੋਂ ਉੱਥੇ ਤੁਸੀਂ ਪਹੁੰਚ ਕੇ ਪ੍ਰੋਪਰ ਜਾਣਕਾਰੀ ਲੈ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤੁਸੀਂ ਵਿਦੇਸ਼ ਜਾਣ ਦਾ ਸੁਪਨਾ ਆਪਣਾ ਪੂਰਾ ਕਰ ਸਕਦੇ ਹੋ ਖਾਸ ਤੌਰ ਤੇ ਯੂਕੇ ਦੇ ਲਈ ਸ਼ੋਅ ਲੈ ਕੇ ਆਏ ਹਾਂ ਹੋਰ ਵੀ ਕਿਸੇ ਕੰਟਰੀ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਸਾਡੇ ਨਾਲ ਕਾਲਰ ਲਗਾਤਾਰ ਜੁੜ ਰਹੇ ਹੈ ਇੱਕ ਕਾਲ ਲੈ ਲੈਣੇ ਆ ਫਿਰ ਆਪਾਂ ਅਗਲੇ ਸਵਾਲ ਵੱਲ ਵਧਦੇ ਹਾਂ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਸਾਡੀ ਸਤਿ ਸ੍ਰੀ ਅਕਾਲ ਜੀ ਸਰ ਮੇਰਾ ਨਾਮ ਅਭਿਸ਼ੇਕ ਸ਼ਰਮਾ ਤੇ ਮੈਂ ਚੰਡੀਗੜ੍ਹ ਤੋਂ ਗੱਲ ਕਰ ਰਿਹਾ ਹਾਂ ਹਾਂ ਜੀ ਅਭਿਸ਼ੇਕ ਜੀ ਦੱਸੋ ਆਪਣੀ ਪ੍ਰੋ सर मैं यूके ਲਈ ਪੁੱਛਣਾ ਚਾਹੁੰਦਾ ਹਾਂ ਮੈਂ ਮਾਸਟਰਸ ਕੀਤੀ ਹੈ ਸੋਸ਼ੀਓਲੋਜੀ 2022 84% ਮੇਰੇ ਓਵਰਆਲ ਮਾਰਕਸ ਆ ਗਏ ਸਰ ਮਾਸਟਰਸ ਤੇ ਸਰ ਮੈਂ ਪੁੱਛਣਾ ਚਾਹੁੰਦਾ ਕਿ ਮੈਂ ਵਿਦਾਊਟ ਆਇਲਟ ਅਪਲਾਈ ਕਰ ਸਕਦਾ ਹਾਂ ਵਿਦਾਊਟ ਪੀਟੀ ਬਿਕਾਜ਼ ਮੇਰੇ ਕੋਲ ਮੈਨੂੰ ਲੱਗਦਾ ਹੈ ਕਿ ਮੇਰਾ ਗੈਪ ਜ਼ਿਆਦਾ ਹੋ ਗਿਆ ਹੈ ਤੇ ਆਈ ਡੋਨਟ ਥਿੰਕ ਕਿ ਮੈਨੂੰ ਟਾਈਮ ਵੇਸਟ ਕਰਨਾ ਚਾਹੀਦਾ ਹੈ ਹੋਰ ਆਇਲਟ ਵਗੈਰਾ ਦੇ ਤੇ ਇਹ ਸੋ ਮੇਰਾ ਕੁਸ਼ਨ ਹੈ ਪੁੱਛਣਾ ਚਾਹੁੰਦਾ ਸਰ ਤੁਸੀਂ ਬਿਲਕੁਲ ਜੀ ਜੋ ਤੁਸੀਂ ਦੱਸਿਆ ਜੋ ਤੁਹਾਡੀ ਪਰਸੈਂਟੇਜ ਹੈਗੀ ਆ ਬਹੁਤ ਵਧੀਆ ਪਰਸੈਂਟੇਜ ਹੈ ਜੀ ਤੁਹਾਡੇ ਜੇ 60% ਵੀ ਨੰਬਰ ਹੈਗੇ ਆ ਇਹਦੇ ਨਾਲ ਹੀ ਆਪਾਂ ਹੋਰ ਸਰੋਤਿਆਂ ਨੂੰ ਵੀ ਜਵਾਬ ਦੇ ਦਿੰਨੇ ਆ ਜਿੱਦਾਂ ਇਹਨਾਂ ਨੇ ਆਪਣੀ ਪਰਸੈਂਟੇਜ ਦੱਸੀ ਵੀ 70 ਤੋਂ ਪਲੱਸ ਇਹਨਾਂ ਦੀ ਪਰਸੈਂਟੇਜ ਹੈਗੀ ਆ ਜੇਕਰ ਤੁਹਾਡੇ 60% ਨੰਬਰ ਵੀ ਹੈਗੇ ਆ ਕੁਝ ਯੂਨੀਵਰਸਿਟੀਆਂ 55% ਨੰਬਰਾਂ ਦੇ ਨਾਲ ਵੀ ਅੱਜ ਐਪਲੀਕੇਸ਼ਨਾਂ ਪ੍ਰਵਿੰਦਰ ਜੀ ਲੈ ਰਹੀਆਂ ਹੈਗੀਆਂ ਨੇ ਬਿਲਕੁਲ ਇਹ ਆਪਣਾ ਵਿਦਾਊਟ ਅਲਰਟਸ ਦੇ ਲਈ ਆਪਣੀ ਐਪਲੀਕੇਸ਼ਨ ਸਪਟੰਬਰ 2024 ਇਨਟੇਕ ਦੇ ਵਿੱਚ ਇਸ ਖਾਸ ਸੈਮੀਨਾਰ ਦੇ ਵਿੱਚ ਆ ਕੇ ਆਪਣੀ ਕਰ ਸਕਦੇ ਹੋ ਜੀ ਹੂੰ ਆ ਉਮੀਦ ਕਰਦੇ ਹਾਂ ਤੁਹਾਨੂੰ ਜਵਾਬ ਮਿਲ ਚੁੱਕਾ ਹੋਣਾ ਹੈ ਤੁਸੀਂ ਸ਼ੋਅ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ ਜਾਂ ਤੁਹਾਨੂੰ ਗਲੋਬਲ ਵੀਜ਼ਾ ਹੈਲਪਲਾਈਨ ਵੱਲੋਂ ਰੀਕਾਲ ਜਿਹੜੀ ਹੈ ਦੁਬਾਰੇ ਕਾਲ ਕੀਤੀ ਜਾਊਗੀ ਤੁਹਾਨੂੰ ਪ੍ਰੋਪਰ ਜਾਣਕਾਰੀ ਦੇ ਸਕਦੇ ਨੇ ਤੁਸੀਂ WhatsApp ਤੇ ਡਾਕੂਮੈਂਟ ਵੀ ਸੈਂਡ ਕਰ ਸਕਦੇ ਹੋ ਸਰ ਜਿਸ ਤਰ੍ਹਾਂ ਦੇ ਨਾਲ ਸੈਮੀਨਾਰ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੇ ਸੈਮੀਨਾਰਸ ਦਾ ਸਟੂਡੈਂਟ ਨੂੰ ਕੀ ਕੀ ਬੈਨੀਫਿਟਸ ਹੁੰਦੇ ਆ ਪਰਵਿੰਦਰ ਜੀ ਸੈਮੀਨਾਰ ਦਾ ਖਾਸ ਬੈਨੀਫਿਟ ਇਹ ਹੈਗਾ ਜੀ ਇੱਕ ਤਾਂ ਜਿਹੜੀ ਤੁਹਾਡੀ ਐਪਲੀਕੇਸ਼ਨ ਹੈਗੀ ਉਹ ਫਾਸਟ ਟਰੈਕ ਦੇ ਵਿੱਚ ਪ੍ਰੋਸੈਸ ਹੁੰਦੀ ਹੈ ਕਿਉਂਕਿ ਯੂਨੀਵਰਸਿਟੀਜ਼ ਤੋਂ ਵੀ ਕਈ ਨੁਮਾਇੰਦੇ ਜਿਹੜੇ ਹੈਗੇ ਆ ਉੱਥੇ ਸੈਮੀਨਾਰ ਦੇ ਵਿੱਚ ਆਏ ਹੁੰਦੇ ਆ ਤੁਹਾਡੀ ਐਪਲੀਕੇਸ਼ਨ ਨੂੰ 24 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਜਿਹੜਾ ਆਪਣਾ ਆਫਰ ਲੈਟਰ ਹਾਸਲ ਕਰ ਸਕਦੇ ਹੋ ਜੇਕਰ ਤੁਹਾਡੇ ਸਾਰੇ ਡਾਕੂਮੈਂਟਸ ਤੁਹਾਡੇ ਕੋਲ ਰੈਡੀ ਹੈਗੇ ਆ ਮੌਕੇ ਤੇ ਤੁਸੀਂ ਅਪਲਾਈ ਕਰਦੇ ਹੈਗੇ ਹੋ ਫਾਸਟ ਟਰੈਕ ਦੇ ਵਿੱਚ ਤੁਸੀਂ ਆਪਣਾ ਆਫਰ ਲੈਟਰ ਹਾਸਲ ਕਰ ਸਕਦੇ ਹੋ ਖਰਚਾ ਜਿਵੇਂ ਮੈਂ ਦੱਸ ਰਿਹਾ ਵੀ ਜਿਵੇਂ ਨਾਰਮਲੀ ਅਜ ਯੂਕੇ ਕੋਈ ਬੱਚਾ ਫਾਈਲ ਲਾਂਦਾ ਸੀ 18 ਤੋਂ 20 ਲੱਖ ਰ ਇਸ ਖਾਸ ਸੈਮੀਨਾਰ ਦੇ ਵਿੱਚ ਇੰਧਾ ਦੀਆਂ ਯੂਨੀਵਰਸਿਟੀਆਂ ਆਪਾਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਜਿਦੇ ਨਾਲ ਤੁਹਾਡੇ 8 ਤੋਂ 10 ਲੱਖ ਰੁਪਏ ਦਾ ਫਾਇਦਾ ਹੋਏਗਾ ਜਾਨੀ ਕਿ 8 ਤੋਂ 10 ਲੱਖ ਰੁਪਇਆ ਤੁਹਾਨੂੰ ਸਕਾਲਰਸ਼ਿਪ ਮਿਲੇਗੀ ਤੁਹਾਡੀ ਯੂਨੀਵਰਸਿਟੀ ਦੀ ਫੀਸ ਦੇ ਉੱਤੇ ਮਤਲਬ ਕਿ ਹੁਣ ਤੁਸੀਂ ਸਿਰਫ ਘੱਟ ਤੋਂ ਘੱਟ ਜਾਨੀ ਕਿ 11 ਲੱਖ ਰੁਪਏ ਦੇ ਵਿੱਚ ਆਪਣਾ ਯੂਕੇ ਦਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਇਸ ਸੈਮੀਨਾਰ ਦੇ ਵਿੱਚ ਆ ਕੇ 8 ਤੋਂ 10 ਲੱਖ ਰੁਪਏ ਜੇਕਰ ਤੁਸੀਂ ਵੀ ਬਚਾਉਣਾ ਚਾਹੁੰਦੇ ਹੋ ਤਾਂ ਇਸ ਸੈਮੀਨਾਰ 8 ਤਰੀਕ ਨੂੰ ਚੰਡੀਗੜ੍ਹ ਤੁਸੀਂ ਤੇ 9 ਤਰੀਕ ਨੂੰ ਜਲੰਧਰ ਤੁਸੀਂ ਆ ਕੇ ਸੈਮੀਨਾਰ ਦੇ ਵਿੱਚ ਆਪਣੀ ਐਪਲੀਕੇਸ਼ਨ ਪ੍ਰੋਸੈਸ ਕਰਵਾ ਸਕਦੇ ਹੈਗੇ ਹੋ ਕੋਈ ਅਲਰਟਸ ਦੀ ਜ਼ਰੂਰਤ ਨਹੀਂ ਹੈ ਕੋਈ ਇੰਟਰਵਿਊ ਦੇਣ ਦੀ ਜ਼ਰੂਰਤ ਨਹੀਂ ਹੈ ਨੰਬਰ ਘਟ ਹੈਗੇ ਆ ਤਾਂ ਵੀ ਤੁਸੀਂ ਇਸ ਸੈਮੀਨਾਰ ਦਾ ਹਿੱਸਾ ਬਣ ਕੇ ਆਪਣਾ ਆਫਰ ਲੈਟਰ ਤੇ ਆਪਣਾ ਕਾਸਟ ਲੈਟਰ ਫਾਸਟ ਟਰੈਕ ਦੇ ਵਿੱਚ ਤੁਸੀਂ ਪ੍ਰੋਸੈਸ ਕਰਵਾ ਕੇ ਯੂਕੇ ਦਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਬਿਲਕੁਲ ਜਿਹੜੇ ਵੀ ਸਟੂਡੈਂਟ ਯੂਕੇ ਜਾਣਾ ਚਾਹੁੰਦੇ ਨੇ ਉਹਨਾਂ ਲਈ ਬਹੁਤ ਵਧੀਆ ਆਪਸ਼ਨਸ ਮਿਲ ਰਹੀਆਂ ਨੇ ਤੁਸੀਂ 8 ਮਈ ਨੂੰ ਜਿਹੜਾ ਚੰਡੀਗੜ੍ਹ ਪਹੁੰਚ ਸਕਦੇ ਹੋ ਨਹੀਂ ਤਾਂ 9 ਮਈ ਨੂੰ ਜਲੰਧਰ ਤੁਸੀਂ ਪਹੁੰਚ ਸਕਦੇ ਹੋ ਜਿਹੜਾ ਐਡਰੈਸ ਹੈ ਸਕਰੀਨ ਤੇ ਲਗਾਤਾਰ ਅਸੀਂ ਫਲੈਸ਼ ਕਰ ਰਹੇ ਹਾਂ ਉੱਥੇ ਪਹੁੰਚ ਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤੁਸੀਂ ਯੂਕੇ ਜਿਹੜੇ ਸਟੂਡੈਂਟ ਜਾਣਾ ਚਾਹੁੰਦੇ ਆ ਤੁਹਾਡੇ ਕੋਲ ਆਈਲੈਂਡਸ ਨਹੀਂ ਕੀਤਾ ਹੋਇਆ ਔਰ ਸਭ ਤੋਂ ਵੱਡੀ ਗੱਲ ਹੈ ਸਕਾਲਰਸ਼ਿਪ ਤੁਹਾਨੂੰ ਅਵੇਲੇਬਲ ਹੋਣਗੀਆਂ ਕਾਫੀ ਯੂਨੀਵਰਸ ਡਾਇਰੈਕਟਲੀ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ ਪੂਰੀ ਜਾਣਕਾਰੀ ਲੈ ਸਕਦੇ ਹੋ ਕਾਉਂਸਲਿੰਗ ਕਿਸ ਤਰ੍ਹਾਂ ਦੇ ਨਾਲ ਤੁਸੀਂ ਪਹੁੰਚ ਸਕਦੇ ਹੋ ਫੰਡਸ ਨੂੰ ਲੈ ਕੇ ਜਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਤੁਸੀਂ ਇਸ ਸੈਮੀਨਾਰ ਦਾ ਹਿੱਸਾ ਬਣ ਕੇ ਹਰ ਆਪਣੀ ਇਨਕੁਆਰੀ ਹੈ ਜਿਹੜੀ ਖਾਸ ਤੌਰ ਤੇ ਯੂਕੇ ਦੇ ਲਈ ਤੁਸੀਂ ਜਿਹੜੀ ਹੈ ਹੱਲ ਕਰਵਾ ਸਕਦੇ ਹੋ ਸਰ ਨਾਲ ਦੇ ਨਾਲ ਜਿਵੇਂ ਹੁਣ ਆਪਾਂ ਸਟੱਡੀ ਦੀ ਗੱਲ ਕਰਦੇ ਹਾਂ ਯੂਕੇ ਦੇ ਵਿੱਚ ਸਟੱਡੀ ਲੈਵਲ ਕਿਸ ਤਰ੍ਹਾਂ ਦਾ ਹੈ ਜੇ ਆਪਾਂ ਅਦਰ ਕੰਟਰੀ ਦੀ ਗੱਲ ਕਰੀਏ ਜਾਂ ਕੈਨੇਡਾ ਦੀ ਜਾਂ ਹੁਣ ਆਸਟ੍ਰੇਲੀਆ ਦੀ ਕਿਸ ਤਰ੍ਹਾਂ ਦਾ ਲੈਵਲ ਸਟੱਡੀ ਲੈਵਲ ਕੀ ਹੈ ਸਾਡੇ ਨਾਲ ਕਾਲਰ ਜੁੜ ਰਹੇ ਆ ਜਿਨ੍ਹਾਂ ਦੀ ਕਾਲ ਅਸੀਂ ਨਹੀਂ ਲੈ ਪਾ ਰਹੇ ਉਹਨਾਂ ਤੋਂ ਮਾਫੀ ਚਾਹੁੰਦੇ ਆ ਵੇਟਿੰਗ ਦੇ ਵਿੱਚ ਕਾਲਸ ਨੇ ਤੁਹਾਨੂੰ ਬੈਕ ਕਾਲ ਆਊਗੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਪਰ ਫਿਰ ਵੀ ਦੁਨੀਆ ਕਾਲਸ ਲਈਆਂ ਜਾ ਸਕਦੀਆਂ ਅਸੀਂ ਨਾਲ ਨਾਲ ਕੋਸ਼ਿਸ਼ ਕਰ ਰਹੇ ਹਾਂ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹ ਹੈਲੋ ਸਸ਼ਿਕਾ ਜੀ ਸਰ ਮੈਂ ਸਬਕਪ੍ਰੀਤ ਕਾਲ ਅੰਮ੍ਰਿਤਸਰ ਤੋਂ ਗੱਲ ਕਰ ਰਹੀ ਆਂ ਹਾਂਜੀ ਤੁਸੀਂ ਆਪਣੀ ਪ੍ਰੋਫਾਈਲ ਦੱਸੋ ਜੀ ਸਵਾਲ ਦੱਸੋ ਕੀ ਬਸਮਾ ਜੀ ਸਰ ਮੈਂ 12th ਕੀਤੀ ਆ 2016 ਦੇ ਵਿੱਚ hmm. 60% ਦੇ ਨਾਲ ਹਮ ਅ ਬਿਨਾ ਇੰਟਰਵਿਊ ਤੋਂ ਮੇਰਾ ਯੂਕੇ ਦਾ ਹੋ ਸਕਦਾ ਹੈ ਸੋ ਬਿਲਕੁਲ ਜੀ ਜਿਵੇਂ ਤੁਸੀਂ ਆਪਣੀ ਜਿਹੜੀ ਲਾਸਟ ਕੁਆਲੀਫੀਕੇਸ਼ਨ ਕੰਪਲੀਟ ਕੀਤੀ ਹੈਗੀ ਆ ਜੇਕਰ ਤੁਹਾਡੇ ਕੋਲ ਗੈਪ ਦਾ ਵਿੱਚ ਕੋਈ ਵੀ ਤੁਸੀਂ ਕੁਝ ਕੀਤਾ ਹੈਗਾ ਕੋਈ ਵੀ ਕੰਮ ਤੁਸੀਂ ਕੋਈ ਟ੍ਰੇਨਿੰਗ ਕੀਤੀ ਹੈ ਜਾਂ ਕੁਝ ਵੀ ਤੁਸੀਂ ਉਹਨੂੰ ਆਪਣਾ ਜਸਟੀਫਾਈ ਕਰ ਸਕਦੇ ਹੋ ਜੇ ਆਪਣੇ ਗੈਪ ਨੂੰ ਤਾਂ ਬਿਲਕੁਲ ਤੁਸੀਂ ਆਪਣਾ ਯੂਕੇ ਦਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਜੀ ਬਿਨਾ ਆਇਲਟਸ ਤੋਂ ਵੀ ਹਾਸਲ ਕਰ ਸਕਦੇ ਹੋ ਠੀਕ ਹੈ ਜੇ ਤਾਂ ਮੇਰੇ ਕੋਲ ਐਸਪੀਟੀ ਹੈ ਨਹੀਂ ਤਾਂ ਮੈਨੂੰ ਇੰਟਰਵਿਊ ਤਾਂ ਨਹੀਂ ਦਗਾ ਵੀ ਮੰਡੇਟਰੀ ਹੈ ਸੋ ਇੰਟਰਵਿਊ ਹੈਗਾ ਜੀ ਯੂਨੀਵਰਸਿਟੀ ਤੇ ਡਿਪੈਂਡ ਕਰਦਾ ਬਹੁਤ ਸਾਰੀਆਂ ਇਦਾਂ ਦੀਆਂ ਯੂਨੀਵਰਸਿਟੀਆਂ ਦੀ ਆਪਸ਼ਨ ਹੈਗੇ ਆ ਇਸ ਸੈਮੀਨਾਰ ਦੇ ਵਿੱਚ ਆ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਜਿਦੇ ਵਿੱਚ ਤੁਹਾਨੂੰ ਬਿਨਾ ਇੰਟਰਵਿਊ ਤੋਂ ਤੁਹਾਡਾ ਕਾਸ ਲੈਟਰ ਮਿਲੇਗਾ ਤੇ 8 ਤੋਂ 10 ਲੱਖ ਰੁਪਏ ਤੱਕ ਦੀ ਸਕਾਲਰਸ਼ਿਪ ਵੀ ਤੁਸੀਂ ਹਾਸਲ ਕਰ ਸਕਦੇ ਹੈਗੇ ਠੀਕ ਹੈ ਸਰ ਠੀਕ ਹੈ ਕਿੱਥੇ ਆਣਾ ਪਏਗਾ ਮੈਨੂੰ ਮੈਮ 8 ਤਰੀਕ ਨੂੰ ਚੰਡੀਗੜ੍ਹ ਹੋ ਰਿਹਾ ਜੀ ਇਹ ਸੈਮੀਨਾਰ 9 ਤਰੀਕ ਨੂੰ ਜਲੰਧਰ ਹੋ ਰਿਹਾ ਹੈ ਕੇ ਸਰ ओके ਫਿਰ ਮੈਂ ਚਲ ਉਮੀਦ ਕਰਦੇ ਆ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਚੁੱਕਾ ਹੋਣਾ ਸੋ ਪ੍ਰਵਿੰਦਰ ਜੀ ਤੁਹਾਡਾ ਜੋ ਪਹਿਲਾ ਸਵਾਲ ਸੀਗਾ ਵੀ ਸਟੱਡੀ ਲੈਵਲ ਦੀ ਤੁਸੀਂ ਗੱਲ ਕੀਤੀ ਆ ਯੂਕੇ ਦਾ ਜੋ ਸਟੱਡੀ ਲੈਵਲ ਹੈ ਜੀ ਆਲਮੋਸਟ ਹਰ ਹੋਰ ਕੰਟਰੀ ਨਾਲੋਂ ਯੂਕੇ ਦੀ ਜਿਹੜੀ ਸਟੱਡੀ ਹੈਗੀ ਔਰ ਇੱਕੋ ਗੈਸਨਾਈਡ ਸਟੱਡੀ ਹੈਗੀ ਆ ਸਾਰੇ ਕਿਤੇ ਤੁਸੀਂ ਕਿਤੇ ਵੀ ਕੰਟਰੀ ਦੇ ਵਿੱਚ ਜੋਬ ਲੈ ਸਕਦੇ ਹੈਗੇ ਉਹ ਸੋ ਅੱਜ ਆਪਾਂ ਦੇਖਦੇ ਆ ਆਸਟ੍ਰੇਲੀਆ ਦੀ ਜੀਟੀ ਕਲੀਅਰ ਨਹੀਂ ਹੋ ਰਹੀ ਬਹੁਤ ਵੱਡੇ ਤਦਾਦ ਚ ਫੰਡ ਚਾਹੀਦੇ ਆ ਪ੍ਰੂਫ ਚਾਹੀਦੇ ਆ ਵੀ ਪੈਸਾ ਤੁਹਾਡੇ ਕੋ ਕਿੱਥੋਂ ਆਇਆ ਯੂਐਸਏ ਦੀ ਗੱਲ ਕਰੀ ਅੱਜ ਡੇਟਾ ਹੀ ਨਹੀਂ ਮਿਲ ਰਹੀਆਂ ਬੱਚੇ ਦਾ ਸ ਆਪ ਐਪਲੀਕੇਸ਼ਨ ਅਪਲਾਈ ਕਰਨ ਤੋਂ ਬਾਅਦ ਵੀ ਡੇਟ ਨਹੀਂ ਮਿਲ ਰਹੀ ਕੈਨੇਡਾ ਦੀ ਗੱਲ ਕਰਦੇ ਆ 30 ਲੱਖ ਰੁਪਏ ਤੱਕ ਦਾ ਬਜਟ ਪਹੁੰਚ ਚੁੱਕਿਆ 30 ਲੱਖ ਰੁਪਏ ਤੋਂ ਘੱਟ ਕੋਈ ਵੀ ਕੰਸਲਟੈਂਟ ਏਜੰਟ ਅੱਜ ਕੈਨੇਡਾ ਦੀ ਐਪਲੀਕੇਸ਼ਨ ਨਹੀਂ ਲਗਾ ਰਿਹਾ ਅੱਜ ਉੱਥੇ ਹੀ ਤੁਹਾਨੂੰ ਯੂਕੇ ਦੇ ਵਿੱਚ ਆਪਾਂ ਆਪਸ਼ਨ ਦੇ ਰਹੇ ਹਾਂ ਜਿੱਥੇ ਤੁਸੀਂ ਮਾਸਟਰ ਡਿਗਰੀ ਹੋਰ ਕੰਟਰੀਆਂ ਦੇ ਵਿੱਚ ਜਾ ਕੇ 2 ਸਾਲ ਦੀ ਕਰ ਰਹੇ ਹੈਗੇ ਉੱਥੇ ਹੀ ਅੱਜ ਯੂਕੇ ਤੁਹਾਨੂੰ ਮੌਕਾ ਦੇ ਰਿਹਾ 1 ਸਾਲ ਦੀ ਸਟੱਡੀ ਦੇ ਵਿੱਚ ਮਾਸਟਰ ਡਿਗਰੀ ਕੰਪਲੀਟ ਕਰਨ ਦਾ ਅੱਜ ਗ੍ਰੈਜੂਏਸ਼ਨ ਵੀ ਤੁਸੀਂ ਕਰਨਾ ਚਾਹੁੰਦੇ ਹੋ ਬੈਚਲਰ ਡਿਗਰੀ ਵੀ ਕਰਨਾ ਚਾਹੁੰਦੇ ਹੋ 1 ਸਾਲ ਦੇ ਵਿੱਚ ਅੱਜ ਤੁਸੀਂ ਬੈਚਲਰ ਵੀ ਪੂਰੀ ਕਰ ਸਕਦੇ ਹੋ ਕਿੱਦਾਂ ਕਰ ਤੇ ਆਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਕਿਵੇਂ ਤੁਸੀਂ ਆਪਣੇ 2 ਸਾਲ ਦੀ ਫੀਸ ਦਾ ਖਰਚਾ ਬਚਾ ਸਕਦੇ ਹੋ ਤੇ ਸਿਰਫ 11 ਲੱਖ ਰੁਪਏ ਦੇ ਵਿੱਚ ਤੁਸੀਂ ਅੱਜ ਯੂਕੇ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਹੋਰ ਬਹੁਤ ਜ਼ਿਆਦਾ ਬੈਨੀਫਿਟ ਹੈਗੇ ਆ ਬਰਮਿੰਦਰ ਜੀ ਹੋਰ ਕੰਟਰੀਆਂ ਨਾਲੋਂ ਤੇ ਯੂਕੇ ਦੀ ਸਟੱਡੀ ਦੇ ਨਾਲ